सारों स्वागत है तुहाडा चैनल विच। होर सारे किवें ठीक ठाक हो? जिहड़े भी चैनल ते नवे आए चैनल सबसक्राइब कर लिओ। वाजिर पात्र वीरे दी एल्बम रिलीज़ होई आ स्ट्रीट नॉलेज टाइटल दे नाल, ते उहदे विच एक ट्रैक आ थैंक गॉड आउटरो आ ऑफिशियल ऑडियो आ, ते लिरिक्स डन बाय रूप भुल्लर वीरा ते वाजिर वीरे वल्लों, ते म्यूजिक डन बाय वाजिर। ते आरो करदे आ चैक थैंक गॉड। हिप हॉप बेबी ਇਨੇ ਜੋਗਾ ਕੀਤਾ ਤੂੰ ਇੱਥੇ ਤੱਕ ਲੈ ਕੇ ਆਇਆ। ਸਹੀ ਗੱਲ ਆ। ਜੋ ਵੀ ਸੁਪਨੇ ਵੇਖਦੇ ਸੀ ਤੂੰ ਅੱਜ ਸਾਰੇ ਪੂਰੇ ਕੀਤੇ। ਬੰਦੇ ਨੂੰ ਹਮੇਸ਼ਾ ਕੀ ਕਹਿੰਦੇ ਪਰਮਾਤਮਾ ਸ਼ੁਕਰਾਨਾ ਚਾਹੀਦਾ ਵਾ, ਜਿਨ੍ਹਾਂ ਦੇ ਸੁਪਨੇ ਪੂਰੇ ਹੋ ਗਏ ਆ, ਠੀਕ ਆ, ਉਹਨਾਂ ਨੂੰ ਸ਼ੁਕਰਾਨਾ ਕਰਨਾ ਚਾਹੀਦਾ। ਜਿਨ੍ਹਾਂ ਦੇ ਅਜੇ ਹੋਣੇ ਆ, ਜੋ ਕੋਸ਼ਿਸ਼ ਕਰਦੇ ਪਏ ਆ, ਪਰਮਾਤਮਾ ਅੱਗੇ ਅਰਦਾਸ ਕਰਿਆ ਕਰੋ, ਜੋ ਚੀਜ਼ ਤੁਹਾਨੂੰ ਮਿਲੀ ਆ ਉਹਦਾ ਸ਼ੁਕਰਾਨਾ ਕਰੋ। ਤੂੰ ਮਿਹਨਤਾਂ ਨੂੰ ਰੰਗ ਲਾਏ, ਤੇਰਾ ਜਿੰਨਾ ਸ਼ੁਕਰ ਕਰਾਂ ਉਨਾ ਘੱਟ। ਸਹੀ ਗੱਲ ਆਹ ਬੀਟ ਯਾ ਯਾ ਅੱਛਾ ਯੋ ਵਾਟਸ ਅਪ ਅਜੋ ਬੀਟ ਛੱਡੀ ਨਾ ਵੀਰ ਨੇ, ਜਿੱਦਾਂ ਬੰਦਾ ਗੱਡੀ ਜੇ ਚੀਜ਼ ਵਜ ਗਾਣਾ ਵੱਜਦਾ ਹੋਵੇ ਨਾ, ਤੇ ਗੱਡੀ ਹਿੱਲੂਗੀ ਪੂਰੀ। ਚਲ ਮੇ ਫ੍ਰੋਮ ਮੈਂ ਥੈਂਕ ਗੋਡ ਲੋਕ ਕਰਦੇ ਦੁਆ ਵਾਹ ਮੇਰੇ ਲਈ, ਥੈਂਕ ਗੋਡ ਜੋ ਤੂੰ ਚੁਣੀਆਂ ਨੇ ਰਾਮ ਵਾਹ ਮੇਰੇ, ਥੈਂਕ ਗੋਡ ਮੇਰੇ ਸੱਜਣ ਨੇ ਵਾਹ ਵਾਹ ਮੇਰੇ, ਥੈਂਕ ਗੋਡ ਥੈਂਕ ਗੋਡ ਥੈਂਕ ਗੋਡ ਅੱਜ ਗੱਡੀਆਂ ਨੇ ਸ਼ੈੱਡ ਥੱਲੇ, ਥੈਂਕ ਗੋਡ ਇੱਕ ਲੱਗੀ ਦੂਜੀ ਤੇ ਹਾਂ ਚੱਲੇ, ਥੈਂਕ ਗੋਡ ਅੱਜ ਮਾਝੇ ਥੀਆ ਬੱਲੇ ਬੱਲੇ, ਥੈਂਕ ਗੋਡ ਥੈਂਕ ਗੋਡ। ਮੇਰੇ ਦਾ ਟਰੈਕ ਦਾ ਵੀ ਇਹੀ ਆਪਣਾ ਕੀ ਕਹਿੰਦੇ ਰੀਜ਼ਨ ਆ ਕਿ ਆਪਣਾ ਕਿ ਸਾਨੂੰ ਪਰਮਾਤਮਾ ਸ਼ੁਕਰਾ ਕਰਨਾ ਚਾਹੀਦਾ ਕਿ ਜੋ ਚੀਜ਼ਾਂ ਤੁਹਾਨੂੰ ਮਿਲੀਆਂ ਵਾ, ਜੋ ਚੀਜ਼ਾਂ ਤੁਸੀਂ ਅਜੇ ਮਿਲਣੀਆਂ ਵਾ, ਸ਼ੁਕਰਾਨਾ ਕਰੋ। ਜੇ ਕੋਈ ਚੀਜ਼ ਤੁਹਾਨੂੰ ਮਿਲਦੀ ਪਈ ਠੀਕ ਆ, ਉਹਦੇ ਵਾਸਤੇ ਅਰਦਾਸ ਕਰੋ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਸੁੱਖ ਵੇਲੇ ਸ਼ੁਕਰਾਨਾ ਅਤੇ ਦੁੱਖ ਵੇਲੇ ਅਰਦਾਸ, ਤਾਂ ਹਰ ਵੇਲੇ ਸਿਮਰਨ ਕਰੋ। ਅਤੇ ਬਹੁਤ ਵਧੀਆ, ਕਿਉਂਕਿ ਕਈਆਂ ਦੇ ਸੁਪਨੇ ਠੀਕ ਆ, ਬਹੁਤ ਕੁਝ ਜ਼ਿੰਦਗੀ 'ਚ, ਮੈਂ ਆਪ ਅਜੇ ਬਹੁਤ ਕੁਝ ਜ਼ਿੰਦਗੀ 'ਚ ਕਰਨਾ ਵਾ ਅਜੇ, ਕਿਉਂਕਿ ਕਹਿੰਦੇ ਕੁਝ ਵੀ ਅਜੇ ਬਹੁਤ ਕੁਝ ਕੀ ਕਹਿੰਦੇ ਪਾਇਆ ਵੀ ਇਹ ਚੀਜ਼ਾਂ ਨਾਲ ਪਰਮਾਤਮਾ ਦੀ ਕਿਰਪਾ ਨਾ, ਬਟ ਅਜੇ ਬਹੁਤ ਚੀਜ਼ਾਂ ਕਰਨ ਵਾਲੀਆਂ ਪਈਆਂ ਵਾਂ। ਅਤੇ ਕੀ ਕਹਿੰਦੇ ਕਿ ਪਰਮਾਤਮਾ ਸ਼ੁਕਰਾਨਾ ਕਰੋ ਠੀਕ ਆ, ਕਿਉਂਕਿ ਉਹ ਵੀ ਲੋਕ ਹੈਗੇ ਨੇ ਜਿਨ੍ਹਾਂ ਦੇ ਸਿਰ 'ਤੇ ਛੱਤ ਨਹੀਂ ਹੈਗੇ, ਤਾਂ ਆਪਣੇ ਕੀ ਕਹਿੰਦੇ ਕਿ ਛੱਤ ਵੀ ਹੈਗੀ ਆ, ਚੰਗਾ ਖਾਣ ਵੀ ਦੇ ਆ, ਪੀ ਹੈ ਨਾ ਪੀਣ ਦੇ ਆ, ਅਤੇ ਸ਼ੁਕਰਾਨਾ ਕਰੋ, ਸ਼ਿਕਵਾ ਨਾ ਕਰਿਆ ਕਰੋ। ਥੈਂਕ ਗੋਡ ਤੇਰੇ ਕਰਕੇ ਮੈਂ ਇੱਥੋਂ ਤੱਕ ਆ, ਥੈਂਕ ਗੋਡ ਤੂੰ ਕਿਸੇ ਦਾ ਨਾ ਮਾੜਾ ਕਰ, ਥੈਂਕ ਗੋਡ ਤੇਰਾ ਦਿੱਤਾ ਜੋ ਵੀ ਆ ਮੈਂ ਪਾਇਆ, ਥੈਂਕ ਗੋਡ ਥੈਂਕ ਗੋਡ ਥੈਂਕ ਗੋਡ ਵੱਡਾ ਭਾਈ ਕਰੇ ਚਾਹਵਾਂ ਮੇਰੀ, ਥੈਂਕ ਗੋਡ ਇੱਕ ਲੈਂਦੀ ਆ ਜੋ ਸਾਹਾਂ ਮੇਰੀ, ਥੈਂਕ ਗੋਡ ਮਾਪੇ ਕਰਦੇ। ਸਹੀ ਗੱਲ ਆ, ਵੱਡੇ ਭਾਈ ਦਾ ਆਸਰਾ ਬਾਪੂ ਜਿੰਨਾ ਹੁੰਦਾ ਵਾ, ਕਿਉਂਕਿ ਜੋ ਵੱਡਾ ਭਾਈ ਤੁਹਾਡੇ ਲਈ ਕਰ ਸਕਦਾ ਉਹ ਦੁਨੀਆਂ ਤੋਂ ਕੋਈ ਨਹੀਂ ਕਰ ਸਕਦਾ। ਕਹਿਣ ਸੁਣਨ ਨੂੰ ਬਹੁਤ ਭਰਾ ਬਣ ਜਾਂਦੇ ਆ, ਬਟ ਜਦੋਂ ਕੀ ਕਹਿੰਦੇ ਪੈਂਦੀ ਆ ਜਾਂ ਕਿਤੇ ਲੋੜ ਪੈਂਦੀ ਆ, ਤਾਂ ਉਦੋਂ ਸਕੇ ਆਪਦੇ ਹੀ ਖੜਦੇ ਹੁੰਦੇ ਆ, ਦੂਸਰਾ ਕੋਈ ਨਹੀਂ ਖੜਦਾ ਹੁੰਦਾ। ਬੀਟ ਯਾਰ ਵਾਜ਼ਰ ਇਨ ਦਾ ਹੁੱਡ, ਬਹੁਤ ਘੈਂਟ ਹੋਟਰੋ ਵੀਰੇ ਲਓ, ਥੈਂਕ ਗੋਡ ਕਿ ਸਾਨੂੰ ਪਰਮਾਤਮਾ ਦਾ ਬਈ ਬਾਈ ਦਾ ਇਹੀ ਕਹਿੰਦਾ, ਮਤਲਬ ਕਿ ਆਪਾਂ ਨੂੰ ਕੀ ਕਹਿੰਦੇ ਸ਼ੁਕਰਾਨਾ ਕਰਨਾ ਚਾਹੀਦਾ, ਜੋ ਵੀ ਚੀਜ਼ਾਂ ਅਸੀਂ ਅਚੀਵਮੈਂਟ ਕੀਤੀ ਹੋਈ ਆ, ਜੋ ਚੀਜ਼ਾਂ ਅਸੀਂ ਪਾਉਂਦੇ ਹਾਂ ਠੀਕ ਆ, ਜੇ ਕੋਈ ਦੁੱਖ ਤਕਲੀਫ ਆ ਬਈ ਅਰਦਾਸ ਕਰੋ ਠੀਕ ਆ, ਪਰਮਾਤਮਾ ਦਾ ਨਾਮ ਜਪੋ, ਬਹੁਤ ਕੁਝ ਪਰਮਾਤਮਾ ਜੋ ਤੁਹਾਡੇ ਕਰਮਾਂ 'ਚ ਲਿਖਿਆ ਵਾ ਬੰਦਾ ਲੈ ਕੇ ਮਰਦਾ, ਉੱਦਾਂ ਨਹੀਂ ਜਾਂਦਾ। ਜੇ ਤੁਹਾਡੇ ਕਰਮਾਂ 'ਚ ਕੁਝ ਲਿਖਿਆ ਵਾ ਬੰਦੇ ਦਾ ਕੰਮ ਆ ਮਿਹਨਤ ਕਰਨਾ, ਜੇ ਕੋਈ ਚੀਜ਼ ਤੁਹਾਡੇ ਕਰਮਾਂ 'ਚ ਲਿਖੀ ਆ ਉਹ ਤੁਹਾਨੂੰ ਮਿਲ ਕੇ ਹੀ ਰਹਿਣੀ ਆ। ਅਤੇ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ, ਮਿਲਦੇ ਅਗਲੀ ਵੀਡੀਓ 'ਚ, ਸਤਿ ਸ਼੍ਰੀ ਅਕਾਲ ਜੀ।